ਉਹ ਲੋਕਾਂ ਨੇ ਤਾਨ ਮੇਨੇ ਵੀ ਸੁਣੇ ਕਾਫੀ ਪਾਸਿਓ ਐਪਰੀਸ਼ੀਏਟ ਵੀ ਕੀਤਾ ਗਿਆ ਸਾਨੂੰ ਵੀ ਐਪਰੀਸ਼ੀਏਟਿਵ ਬਹੁਤ ਨੇ ਕੀਤਾ ਕਿ ਨਹੀਂ ਤੁਸੀਂ ਆਪਣਾ ਕੰਮ ਕਰ ਰਹੇ ਚੰਗਾ ਕਰ ਰਹੇ ਪਰ ਸਾਨੂੰ ਇੱਕ ਚੀਜ਼ ਬਹੁਤ ਵਧੀਆ ਸਿੱਖਣ ਨੂੰ ਵੀ ਮਿਲੀ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਦੇਖੋ ਇਸ ਕੰਮ ਦੇ ਵਿੱਚ ਕਿਸੇ ਦੀ ਕਹਾ ਸੁਣੀ ਨਹੀਂ ਹੈਗੀ ਆਪਣਾ ਕੰਮ ਕਰ ਰਹੇ ਅਸੀਂ ਆਪਣੇ ਕੰਮ ਦੇ ਖੁਦ ਮਾਲਕ ਸੀ ਜਦੋਂ ਅਸੀਂ ਜਾਣਾ ਸੀ ਆਪਣੀ ਮਰਜ਼ੀ ਨਾਲ ਜਾਂਦੇ ਸੀ ਆਪਣੀ ਮਰਜ਼ੀ ਨਾਲ ਆਉਂਦੇ ਸੀ ਹਰ ਜਗ੍ਹਾ ਕੋਈ ਵੀ ਕੰਮ ਕਰਦੇ ਦੇਖੋ ਪਰੇਸ਼ਾਨੀਆਂ ਤਾਂ ਆਉਣਗੀਆਂ ਆਉਣਗੀਆਂ ਚਾਹੇ ਕੋ ਆਪਣਾ ਕੰਮ ਕਰੋ ਚਾਹੇ ਕਿਤੇ ਜੋਬ ਕਰੋ ਸੇਮ ਇਧਰ ਵੀ ਐਸਟੀ ਜੋ ਹੀ ਸੀ ਸਾਨੂੰ ਪ੍ਰੋਬਲਮ ਜ਼ਰੂਰ ਆਈ ਪਰ ਅਸੀਂ ਪ੍ਰੋ ਸਾਈਡ ਤੇ ਕਰਤਾ ਸੀ ਆਪਣਾ ਕੰਮ ਕੰਟੀਨਿਊ ਰੱਖਿਆ ਸਰਦੀਆਂ ਦੇ ਵਿੱਚ ਥੋੜਾ ਸੋਚ ਰਹੇ ਆ ਕਿ ਫ੍ਰੀ ਬੈਠਣ ਨਾਲੋਂ 2 ਮਹੀਨੇ ਕੋਈ ਫਾਸਟ ਫੂਡ ਵਗੈਰਾ ਦਾ ਕੰਮ ਕਰਕੇ ਦੇਖੀਏ ਬਾਕੀ ਨੈਕਸਟ ਈਅਰ ਸਟਾਰਟਿੰਗ ਤੋਂ ਆਈਸਕ੍ਰੀਮ ਦਾ ਕੰਮ ਹੀ ਕਰਾਂਗੇ ਆਪਣਾ ਦੇਖ ਰਹੇ ਆ ਥੋੜਾ ਟੀਮ ਨੂੰ ਬਿਲਡ ਅਪ ਕਰਾਂਗੇ ਕੋਈ ਜਿਵੇਂ ਅਸੀਂ ਹੁਣ 4 ਜਣੇ ਕੰਮ ਕਰ ਰਹੇ ਆ ਅੱਗੇ ਦੇਖ ਰਹੇ ਆ 10 ਜਾਂ 15 ਜਣੇ ਦੀ ਟੀਮ ਬਣਾਵਾਂਗੇ ਜਿੱਥੇ ਇੱਕ ਵਾਰ ਪੰਜਾਬੀ ਖੜ ਜਾਣਾ ਫਿਰ ਪਿੱਛੇ ਨਹੀਂ ਮੁੜਦੇ ਅਸੀਂ ਉਹ ਸੋਚ ਨਾਲ ਵੀ ਅਸੀਂ ਇੱਕ ਵਾਰ ਅਗਰ ਇਹ ਕੰਮ ਨੂੰ ਅਸੀਂ ਸਟਾਰਟ ਕਰ ਲਿਆ ਹੁਣ ਅਸੀਂ ਬੰਦ ਨਹੀਂ ਕਰਨਾ ਇਹਨੂੰ ਕਿਸੇ ਨਾ ਕਿਸੇ ਮੁਕਾਮ ਤੇ ਲੈ ਕੇ ਜਾਵਾਂਗੇ ਕਸਟਮਰ ਜਿਹੜੇ ਇੱਕ ਦੋ ਵਾਰ ਕਹਿ ਕੇ ਗਏ ਆ ਸਾਨੂੰ ਕਿ ਨਹੀਂ ਤੁਸੀਂ ਕੰਮ ਸਰਦਾਰ ਬੰਦੇ ਹੋ ਇਹ ਕੰਮ ਚੰਗਾ ਨਹੀਂ ਹੈਗਾ ਤੁਹਾਡੇ ਵਾਸਤੇ ਆਪਣੀ ਕਮਿਊਨਿਟੀ ਸਰਦਾਰ ਇਹੋ ਜੇ ਕੰਮ ਨਹੀਂ ਕਰਦੇ ਹੁੰਦੇ ਅੱਜ ਉਹ ਕਸਟਮਰ ਸਾਡੇ ਨਾਲ ਪਰਮਾਨੈਂਟਲੀ ਜੁੜੇ ਹੋਏ ਦੇਖੋ ਪਟਿਆਲੇ ਦੇ ਵਿੱਚ ਮੈਂ ਅਰਮਨ ਸਟੇਟ ਦਾ ਏਰੀਆ ਦੇ ਵਿੱਚ ਡਰਾਈਵ ਲਗਾਉਣਾ ਮੇਰੇ ਕੋਲ ਕਸਟਮਰ ਸਰਹੰਦ ਰੋਡ ਤੋਂ ਵੀ ਆਉਂਦੇ 7-8 ਕਿਲੋਮੀਟਰ ਦਾ ਦੇਖੋ ਡਿਸਟੈਂਸ ਕਵਰ ਕਰਕੇ ਕਸਟਮਰ ਮੇਰੇ ਕੋਲ ਆਉਂਦੇ ਇੱਕ ਮੇਰੇ ਨਾਲ ਪ੍ਰੇਮ ਪਿਆਰ ਹੈ ਜਾਂ ਮੇਰੀ ਸਰਦਾਰੀ ਕਰਕੇ ਗੁਰੂ ਮਹਾਰਾਜ ਦੇ ਸਰੂਪ ਦੇ ਬਖਸ਼ੇ ਕਰਕੇ ਉਹਦੇ ਕਰਕੇ ਆਉਂਦੇ ਨੇ ਜਿਹੜੇ ਕਸਟਮਰ ਪਹਿਲਾਂ ਮਾੜਾ ਬੋਲਦੇ ਸੀ ਆ ਜੋ ਵੀ ਐਪਰੀਸ਼ੀਏਟ ਕਰ ਰਹੇ ਸਤਿ ਸ਼੍ਰੀ ਅਕਾਲ ਪੰਜਾਬ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਵੀਰਪਾਲ ਸ਼ੇਰ gil ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਹੈ ਜਿਹੜੀ ਉਹ ਛੋਟੀ ਵੱਡੀ ਹੋ ਸਕਦੀ ਹੈ ਪਰ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਪਰ ਸਾਡੇ ਸਮਾਜ ਦੇ ਲੋਕਾਂ ਦੀ ਮੈਂਟੈਲਿਟੀ ਬਹੁਤ ਮੈਨੂੰ ਜਿੰਨਾ ਤੱਕ ਮੈਨੂੰ ਲੱਗਦਾ ਹੈ ਕਿ ਬਹੁਤ ਛੋਟੀ ਹੋ ਚੁੱਕੀ ਹੈਗੀ ਅਤੇ ਉਹ ਕੋਈ ਵੀ ਹੱਥੀ ਕਿਰਤ ਕਰਨ ਨੂੰ ਲੈ ਕੇ ਹੱਥੀ ਕੰਮ ਕਰਨ ਨੂੰ ਬਹੁਤ ਛੋਟਾ ਸਮਝਦੇ ਨੇ ਅਤੇ ਅਜਿਹੇ ਕੰਮ ਸਾਡੇ ਨੌਜਵਾਨ ਕਰਕੇ ਹੀ ਰਾਜ਼ੀ ਨਹੀਂ ਹੈਗੇ ਪਰ ਇਹਨਾਂ ਨੌਜਵਾਨਾਂ ਨੂੰ ਅੱਜ ਇੱਕ ਮਿਸਾਲ ਦਿਖਾਵਾਂਗੇ ਜੋ ਕਿ ਖੁਦ ਕਿਰਤ ਕਰਦੇ ਨੇ ਅਤੇ ਅਜਿਹੇ ਕੰਮ ਕਰਦੇ ਨੇਗੇ ਜਿਸ ਨੂੰ ਕਿ ਅੱਜਕੱਲ੍ਹ ਦੀ ਸਾਡੀ ਨੌਜਵਾਨ ਪੀੜੀ ਕਰਕੇ ਬਿਲਕੁਲ ਖੁਸ਼ ਨਹੀਂ ਹੈਗੀ ਮੇਰੇ ਨਾਲ ਇੱਕ ਸਰਦਾਰ ਸਾਹਿਬ ਮੌਜੂਦ ਨੇ ਜੋ ਕਿ ਆਈਸਕ੍ਰੀਮ ਵੇਚਦੇ ਨੇ ਮੈਂ ਜੇਕਰ ਦੇਸੀ ਭਾਸ਼ਾ ਦੇ ਵਿੱਚ ਕਹਿ ਲਾਂ ਤਾਂ ਰੇੜੀ ਤੇ ਆਈਸਕ੍ਰੀਮ ਵੇਚਦੇ ਨੇਗੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦਿਆਂ ਤੇ ਜਾਣਦਿਆਂ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਕਿਵੇਂ ਆਇਆ ਕਿ ਇਹ ਆਈਸਕ੍ਰੀਮ ਦਾ ਕੰਮ ਕਰਨਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰ ਲਵਨੀਤ ਸਿੰਘ ਲਵਨੀਤ ਸਿੰਘ ਲਵਨੀਤ ਸਿੰਘ ਜੀ ਤੁਹਾਡੇ ਦਿਮਾਗ ਦੇ ਵਿੱਚ ਇਹ ਆਈਡੀਆ ਕਿਵੇਂ ਆਇਆ ਕਿ ਤੁਸੀਂ ਆਈਸਕ੍ਰੀਮ ਦਾ ਕੰਮ ਸ਼ੁਰੂ ਕਰੋ ਮੈਂ ਵੇਖੋ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਵੀ ਇਹ ਕੰਮ ਕਰਾਂਗੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਅਸੀਂ ਆਪਣਾ ਕੰਮ ਕਰਾਂਗੇ ਮੈਂ ਦੋਨੋਂ ਚੀਜ਼ਾਂ ਨਾਲ ਲੈ ਕੇ ਚੱਲੂੰਗਾ ਲਾਸਟ ਟਾਈਮ ਜਦੋਂ ਕਰੋਨਾ ਟਾਈਮ ਕੰਮ ਸਾਰੇ ਬੰਦ ਹੋ ਚੁੱਕੇ ਸੀ ਸਭ ਕੁਝ ਬੰਦ ਸੀ ਅਸੀਂ ਵੀ ਜੌਬ ਕਰਦੇ ਸੀ ਸਕੂਲ ਦੇ ਵਿੱਚ ਜੌਬ ਕਰਦੇ ਸੀ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਸੀ ਮੈਂ ਸਾਡਾ ਵੀ ਸਕੂਲ ਬੰਦ ਹੋ ਗਿਆ ਅਸੀਂ ਵੀ ਘਰ ਫ੍ਰੀ ਬੈਠ ਗਏ ਸਾਡਾ ਜੋ ਇਨਕਮ ਸੋਰਸ ਇੱਕ ਵਾਰ ਬੰਦ ਹੋ ਗਿਆ ਬਿਲਕੁਲ ਕਿਉਂਕਿ ਸੈਲਰੀ ਵਗੈਰਾ ਰੀਜ਼ ਨਹੀਂ ਕੀਤੀ ਉਹਨਾਂ ਨੇ ਆਪਣਾ ਉਹਨਾਂ ਦਾ ਸਿਸਟਮ ਸੀ ਤਾਂ 4 ਮਹੀਨੇ ਫ੍ਰੀ ਬੈਠਣ ਤੋਂ ਬਾਅਦ ਥੋੜਾ ਡਿਪਰੈਸ਼ਨ ਵੀ ਹੋਇਆ ਕਿ ਨਹੀਂ ਕੋਈ ਨਾ ਕੋਈ ਕੰਮ ਕਰੀਏ ਵਿਹਲੇ ਬਹਿਗੇ ਨਹੀਂ ਸਰਨਾ ਘਰ ਦੇ ਵੀ ਖਰਚੇ ਆ ਸਭ ਕੁਝ ਹੈ ਰੋਟੀ ਪਾਣੀ ਵੀ ਜ਼ਰੂਰੀ ਹੈ ਤਾ ਅਸੀਂ ਕੋਈ ਕੰਮ ਬਾਰੇ ਸਰਚ ਕੀਤਾ ਵੀ ਚਲੋ ਛੋਟਾ ਕੰਮ ਕਰਦੇ ਆ ਕੋਈ ਆਪਣਾ ਕੰਮ ਕਰਕੇ ਦੇਖ ਲੈਂਦੇ ਆ ਕੋਈ ਸਬਜ਼ੀ ਦਾ ਕੰਮ ਕਰ ਲਿਆ ਕੋਈ ਫਾਸਟ ਫੂਡ ਦਾ ਕਰ ਲੈਂਦੇ ਆ ਜਾਂ ਕੁਝ ਹੋਰ ਕਰਦੇ ਆ ਫਿਰ ਚਲੋ ਮਹਾਰਾਜ ਨੇ ਆਪਣੇ ਆਪ ਕੋਈ ਨਾ ਕੋਈ ਰਸਤਾ ਦਿਖਾਉਣਾ ਹੁੰਦਾ ਸਾਡੇ ਮਨ ਦੇ ਵਿੱਚ ਆਇਆ ਕਿ ਆਈਸਕ੍ਰੀਮ ਦਾ ਕੰਮ ਅਸੀਂ ਕਰਕੇ ਦੇਖਦੇ ਆ ਤਾਂ ਆਈਸਕ੍ਰੀਮ ਦਾ ਅਸੀਂ ਥੋੜਾ ਬਹੁਤਾ ਪਤਾ ਕੀਤਾ ਆਈਸਕ੍ਰੀਮ ਦੇ ਕੰਮ ਬਾਰੇ ਤਾਂ ਸਾਨੂੰ ਠੀਕ ਲੱਗਿਆ ਸੀ ਆਈਸਕ੍ਰੀਮ ਦਾ ਕੰਮ ਸਟਾਰਟ ਕਰ ਲਿਆ ਤਾਂ ਉਸ ਤੋਂ ਬਾਅਦ ਚਲੋ ਆਈਸਕ੍ਰੀਮ ਦਾ ਕੰਮ ਸਾਡਾ ਵਧੀਆ ਚੱਲਣ ਲੱਗ ਗਿਆ ਸਾਨੂੰ ਜਿੰਨੀ ਕਿ ਰਿਲੈਕਸੇਸ਼ਨ ਮਿਲਦੀ ਸੀ ਉਹਨੇ ਰਿਲੈਕਸੇਸ਼ਨ ਦੇਖੋ ਲੋਕਡਾਊਨ ਦੇ ਵਿੱਚ ਵੀ ਲੋਕਡਾਊਨ ਵੀ ਬੰਦ ਹੋ ਗਿਆ ਉਧਰ ਵੀ ਰਿਲੈਕਸੇਸ਼ਨ ਥੋੜੀ ਮਿਲ ਗਈ ਸਾਡੀ ਜੋਬ ਵੀ ਕੰਟੀਨਿਊ ਹੋ ਗਈ ਦੁਬਾਰਾ ਅਸੀਂ ਜੋਬ ਤੇ ਵੀ ਜਾਣ ਲੱਗੇ ਪਰ ਅਸੀਂ ਆਪਣਾ ਕੰਮ ਨਹੀਂ ਬੰਦ ਕੀਤਾ ਸੀ ਇਸ ਚੀਜ਼ ਨੂੰ ਵੀ ਕੰਟੀਨਿਊ ਰੱਖਿਆ ਅਸੀਂ ਪਾਰਟ ਟਾਈਮ ਆਪਣਾ ਕੰਮ ਵੀ ਕਰਦੇ ਰਹੇ ਜੋਬ ਤੇ ਵੀ ਜਾਂਦੇ ਰਹੇ ਅਸੀਂ ਦੋਨੋਂ ਕੰਮ ਪੈਰਲਲ ਜਿਵੇਂ ਚੱਲਦੇ ਸੀ ਸਾਡੇ ਚੱਲਣ ਲੱਗੇ ਜਦੋਂ ਸੀਜ਼ਨ ਆਫ ਹੋ ਗਿਆ ਨਵੰਬਰ ਦੇ ਵਿੱਚ ਅਸੀਂ ਆਈਸਕ੍ਰੀਮ ਦਾ ਕੰਮ ক্লোਜ਼ ਕਰਕੇ ਅਸੀਂ ਜੋਬ ਕੰਟੀਨਿਊ ਰੱਖੀ ਪਰ ਮਨ ਦੇ ਵਿੱਚ ਇੱਕ ਗੱਲ ਅਸੀਂ ਕਾਫੀ ਕੁਝ ਉਸ ਟਾਈਮ ਸਿੱਖਣ ਨੂੰ ਮਿਲਿਆ ਦੇਖੋ ਲੋਕਾਂ ਦੇ ਤੰਨੇ ਮੇਨੇ ਵੀ ਸੁਨੇ ਕਾਫੀ ਪਾਸਿਓਂ ਐਪਰੀਸ਼ੀਏਟ ਵੀ ਕੀਤਾ ਗਿਆ ਸਾਨੂੰ ਵੀ ਐਪਰੀਸ਼ੀਏਟ ਵੀ ਬਹੁਤ ਨੇ ਕੀਤਾ ਕਿ ਨਹੀਂ ਤੁਸੀਂ ਆਪਣਾ ਕੰਮ ਕਰ ਰਹੇ ਚੰਗਾ ਕਰ ਰਹੇ ਪਰ ਸਾਨੂੰ ਇੱਕ ਚੀਜ਼ ਬਹੁਤ ਵਧੀਆ ਸਿੱਖਣ ਨੂੰ ਵੀ ਮਿਲੀ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਦੇਖੋ ਇਸ ਕੰਮ ਦੇ ਵਿੱਚ ਕਿਸੇ ਦੀ ਕਹਾ ਸੁਣੀ ਨਹੀਂ ਹੈਗੀ ਆਪਣਾ ਕੰਮ ਕਰ ਰਹੇ ਸੀ ਆਪਣੇ ਕੰਮ ਦੇ ਖੁਦ ਮਾਲਕ ਸੀ ਜਦੋਂ ਅਸੀਂ ਜਾਣਾ ਸੀ ਆਪਣੀ ਮਰਜ਼ੀ ਨਾਲ ਜਾਂਦੇ ਸੀ ਆਪਣੀ ਮਰਜ਼ੀ ਨਾਲ ਆਉਂਦੇ ਸੀ ਜਿੰਨਾ ਅਸੀਂ ਹਾਰਡਵਰਕ ਕਰਦੇ ਸਾਨੂੰ ਉਹਨਾਂ ਹਾਰਡਵਰਕ ਦਾ ਸਾਨੂੰ ਪੈਸਾ ਮਿਲ ਰਿਹਾ ਸੀ ਤਾਂ ਸਾਨੂੰ ਇਹ ਚੀਜ਼ ਅਸੀਂ ਦੇਖੀ ਅਸੀਂ ਫਿਰ ਮਨ ਉਸੇ ਟਾਈਮ ਬਣਾ ਲਿਆ ਕਿ ਨਹੀਂ ਆਪਣਾ ਕੰਮ ਕਰਾਂਗੇ ਨੈਕਸਟ ਈਅਰ ਅਸੀਂ ਦੁਬਾਰਾ ਫਿਰ ਆਈਸਕ੍ਰੀਮ ਤਾਂ ਸੀ ਜੋਬ ਵੀ ਛੱਡ ਦੇਣੀ ਆ ਆਪਣੇ ਕੰਮ ਤੇ ਲੱਗਾਂਗੇ ਆਪਣਾ ਕੰਮ ਕਰਕੇ ਨਾਲ ਕਿਸੇ ਹੋਰ ਦੀ ਵੀ ਹੈਲਪ ਕਰਾਂਗੇ ਕਿਸੇ ਹੋਰ ਨੂੰ ਵੀ ਨਾਲ ਕੰਮ ਦਵਾਂਗੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੈਮ ਪਰਿਵਾਰ ਦੇ ਵਿੱਚ ਹੀ ਦੇਖੋ ਪੇਰੈਂਟਸ ਹੈ ਫਾਦਰ ਮਦਰ ਬ੍ਰਦਰ ਹੈ ਛੋਟਾ ਮੈਂ ਮੈਰਿਡ ਹਾਂ ਵਾਈਫ ਹੈ ਮੇਰੀ ਨਾਲ ਛੋਟੀ ਵੀ ਗੁੜੀਆ ਹੈ ਡੇਢ ਸਾਲ ਦੀ ਬੇਟੀ ਹੈ ਤੇ ਫਿਰ ਵਾਈਫ ਨੇ ਨਹੀਂ ਕਦੇ ਕਿਹਾ ਹੈਗਾ ਕਿਉਂਕਿ ਅਕਸਰ ਜੇਕਰ ਕੁੜੀਆਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਕਈ ਵਾਰ ਪੇਕੇ ਪਰਿਵਾਰ ਚੋਂ ਜਾ ਫਿਰ ਕੋਈ ਸਹੇਲੀ ਕਹਿ ਦਿੰਦੀ ਹੈਗੀ ਕਿ ਯਾਰ ਤੇਰਾ ਪਤੀ ਤਾਂ ਕੁਲਫੀਆਂ ਵੇਚਦਾਗਾ ਕਦੇ ਇਦਾਂ ਦੀ ਕੋਈ ਗੱਲ ਸੁਣਨ ਨੂੰ ਮਿਲੀ ਮਮ ਦੇਖੋ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਲੇਕਿਨ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਸੀ ਕਈ ਵਾਰੀ ਕਿ ਤੁਸੀਂ ਇੰਨਾ ਪੜ੍ਹੇ ਲਿਖੇ ਹੋ ਵਧੀਆ ਜੌਬ ਸੀ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਆਪਣਾ ਇਹ ਕੰਮ ਐਵੇਂ ਕੀ ਕੀ ਕਹੂਗਾ ਅਸਲ ਮਨ ਦੇ ਵਿੱਚ ਵੀ ਉਹਨਾਂ ਦੇ ਉਹਨਾਂ ਨੇ ਇਹ ਗੱਲ ਨਹੀਂ ਇਹ ਕਹੀ ਵੀ ਤੁਸੀਂ ਕੰਮ ਕਿਉਂ ਕਰ ਰਹੇ ਹੋ ਮਨ ਦੇ ਵਿੱਚ ਪ੍ਰੋਬਲਮ ਇਹ ਸੀ ਕਿ ਕਹਿਣਾ ਇਹ ਸੀ ਉਹਨਾਂ ਦਾ ਵੀ ਤੁਸੀਂ ਕੋਈ ਤੁਹਾਨੂੰ ਕੀ ਕਹੂਗਾ ਕੋਈ ਇਹ ਨਾ ਕਹਦੇ ਉਹਨੂੰ ਹਰੇਕ ਨੂੰ ਹੁੰਦਾ ਨਾ ਕਿ ਸਾਡੇ ਕਿਸੇ ਨੂੰ ਵੀ ਸਾਡੇ ਨੂੰ ਕੋਈ ਦੂਜਾ ਕੁਝ ਬੋਲ ਨਾ ਜਾਵੇ ਚਾਹੇ ਕੋਈ ਰਿਸ਼ਤੇਦਾਰ ਹੋਵੇ ਚਾਹੇ ਕੋਈ ਸਾਥੂ ਦੀ ਕੋਈ ਵੀ ਹੋਵੇ ਹਰੇਕ ਨੂੰ ਇਹ ਹੁੰਦਾ ਕਿ ਸਾਡੇ ਆਪਣੇ ਨੂੰ ਕੋਈ ਦੂਜਾ ਕੁਝ ਨਾ ਬੋਲੇ ਉਹਨਾਂ ਦੇ ਮਨ 'ਚ ਵੀ ਇਹੀ ਗੱਲ ਸੀ ਕਿ ਕੋਈ ਬੋਲੂਗਾ ਜਾਂ ਕੁਝ ਕਹਿਣਗੇ ਤੁਸੀਂ ਤਾਂ ਰਹਿਣ ਦਿਓ ਤੁਸੀਂ ਹੋਰ ਕੰਮ ਦੇਖ ਲਓ ਚਲੋ ਆਪਣਾ ਲੋਕਡਣ ਦੇ ਵਿੱਚ ਤੁਸੀਂ ਸਟਾਰਟ ਕੀਤਾ ਥੋੜਾ ਨਿਕਲ ਗਿਆ ਹੁਣ ਤੁਸੀਂ ਹੋਰ ਕਰ ਲਓ ਪਰ ਅਸੀਂ ਉਹਨਾਂ ਨੂੰ ਵੀ ਥੋੜਾ ਮੈਂ ਇਹੀ ਗੱਲ ਸਮਝਾਈ ਕਿ ਨਹੀਂ ਅਗਰ ਆਪਣਾ ਕੰਮ ਅਸੀਂ ਸ਼ੁਰੂ ਕੀਤਾ ਤਾਂ ਆਪਣਾ ਕੰਮ ਹੁਣ ਕੰਟੀਨਿਊ ਕਰਾਂਗੇ ਕੰਮ ਕੋਈ ਛੋਟਾ ਵੱਡਾ ਨਹੀਂ ਕਿਸੇ ਆਪਣੇ ਮਨ ਨੂੰ ਦੇਖ ਕੇ ਚੱਲਣਾ ਆਪਣਾ ਕੰਮ ਕਰਾਂਗੇ ਅਗਰ ਦੇਖੋ ਲੋਕਾਂ ਦੀ ਸੁਣਾਂਗੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਤੇ ਜੋਬ ਵੀ ਕਰਦੇ ਹੋ ਨਾ ਅਗਰ ਫਿਰ ਵੀ ਲੋਕਾਂ ਦੀ ਸੁਣਦੇ ਰਹੇ ਤੁਸੀਂ ਜੋਬ ਵੀ ਨਹੀਂ ਕਰ ਸਕਦੇ ਕਿਉਂਕਿ ਉੱਥੇ ਵੀ ਸਾਨੂੰ ਪ੍ਰੋਬਲਮਜ਼ ਫੇਸ ਕਰਨੀਆਂ ਪੈਂਦੀਆਂ ਆ ਸਾਡੇ ਕੰਪੀਟੀਟਰ ਬਹੁਤ ਹੁੰਦੇ ਆ ਉੱਥੇ ਵੀ ਜੋਬਸ ਕਰਦੇ ਟਾਈਮ ਵੀ ਸਾਡੇ ਆਲੇ ਦੁਆਲੇ ਲੱਤਾਂ ਖਿੱਚਣ ਵਾਲੇ ਹੁੰਦੇ ਹੀ ਹੁੰਦੇ ਆ ਅਗਰ ਉੱਥੇ ਵੀ ਅਸੀਂ ਮਨ ਦੇ ਵਿੱਚ ਇਹ ਸੋਚ ਲਿਆ ਕਿ ਸਾਨੂੰ ਇਹ ਇਹ ਬੋਲਦਾ ਉਹ ਬੋਲਦਾ ਅਸੀਂ ਉੱਥੇ ਜੋਬ ਵੀ ਨਹੀਂ ਕਰ ਸਕਦੇ ਤਾਂ ਹਰ ਜਗ੍ਹਾ ਕੋਈ ਵੀ ਕੰਮ ਕਰਦੇ ਆ ਦੇਖੋ ਪਰੇਸ਼ਾਨੀਆਂ ਤਾਂ ਆਉਣਗੀਆਂ ਆਉਣਗੀਆਂ ਚਾਹੇ ਕੋ ਆਪਣਾ ਕੰਮ ਕਰੋ ਚਾਹੇ ਪਰ ਅਸੀਂ ਪ੍ਰੋਬਲਮ ਨੂੰ ਫੇਸ ਕਰਕੇ ਸਾਈਡ ਤੇ ਕਰਤਾ ਸੀ ਆਪਣਾ ਕੰਮ ਕੰਟੀਨਿਊ ਰੱਖਿਆ। ਮੈਂ ਫਿਰ ਜਦੋਂ ਜਦੋਂ ਕੰਮ ਸ਼ੁਰੂ ਕਰਤਾ ਸੀ ਕਦੇ ਇਦਾਂ ਦੀ ਸਿਚੁਏਸ਼ਨ ਆਈ ਵੀ ਨਹੀਂ ਯਾਰ ਇਹ ਕੰਮ ਨਹੀਂ ਕਰਨਾ ਹੈਗਾ ਇਹ ਤਾਂ ਕੰਮ ਹੈ ਨਹੀਂ ਆਪਣੇ ਲਈ ਆਪਾਂ ਛੱਡ ਦਈਏ। ਮੈਮ ਇਹੋ ਜੀ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਕੋਈ ਕੋਈ ਜ਼ਿਆਦਾ ਚੁਭਵੀ ਗੱਲ ਕਿਸੇ ਨੂੰ ਕਹਿ ਦੇਣਾ ਕਿ ਆਪਣਾ ਹਰ ਇੱਕ ਦਾ ਆਪਣਾ ਆਪਣਾ ਮਨ ਹੁੰਦਾ ਮੇਰਾ ਜਿਹੜਾ ਮਨ ਹੈ ਮੈਂ ਥੋੜਾ ਜਿਆਦਾ ਸੈਂਸਿਟਿਵ ਬੇਸਡ ਆ ਮੈਨੂੰ ਅਗਰ ਕਿਸੇ ਨੇ ਕੋਈ ਗੱਲ ਕਹਿ ਦਿੱਤਾ ਮੈਂ ਨੂੰ ਬਹੁਤ ਜ਼ਿਆਦਾ ਡੀਪਲੀ ਸੋਚਦਾ ਕਿ ਇਹ ਗੱਲ ਇਸ ਬੰਦੇ ਨੇ ਕਹੀ ਤੇ ਕਹੀ ਕਿਉਂ? ਇੱਕ ਦੋ ਵਾਰ ਐਵੇਂ ਜਰੂਰ ਹੋਇਆ ਰਾਤ ਨੂੰ ਆ ਕੇ ਮੈਂ ਸਾਰ ਸਾਰ ਰਾਤ ਸੋਚਣਾ ਵੀ ਨਹੀਂ ਗਲਤ ਕੰਮ ਚ ਪੈ ਗੇ ਲੋਕੀ ਯਾਰ ਬਹੁਤ ਮਾੜਾ ਬੋਲਣ ਲੱਗ ਗਏ ਨਹੀਂ ਹੁਣ ਰਹਿਣ ਦਿੰਦੇ ਆ ਪਰ ਫਿਰ ਕਹਿੰਦੇ ਵੀ ਪ੍ਰਮਾਤਮਾ ਨੇ ਕਿਸੇ ਬੰਦੇ ਨੂੰ ਕਿਸੇ ਰਾਹੇ ਪਾਉਣਾ ਹੋਵੇ ਨਾ ਰਾਹ ਉਸ ਪ੍ਰਮਾਤਮਾ ਨੇ ਦਿਖਾਉਣਾ ਹੁੰਦਾ ਸਾਨੂੰ ਵੀ ਇਹੀ ਸੀ ਮੈਂ ਫਿਰ ਆ ਉਹੀ ਗੱਲ ਨਵੀਂ ਸਵੇਰ ਉੱਠਣਾ ਉਹੀ ਪ੍ਰਮਾਤਮਾ ਅਗੇ ਅਰਦਾਸ ਕਰਨੀ ਫਿਰ ਮਨ ਦੇ ਵਿੱਚ ਹੁਣਾ ਨਹੀਂ ਜੋ ਕੋਈ ਬੋਲਦਾ ਬੋਲਣ ਦਿਓ ਕਰਨਾ ਤਾਂ ਆਪਣਾ ਕੰਮ ਕਰਨਾ ਤਾਂ ਕਰਨਾ ਹੀ ਇਹ ਆ ਹੁਣ ਜੋ ਮਰਜ਼ੀ ਹੋ ਜੇ ਬਸ ਅਸੀਂ ਉਸੇ ਗੱਲ ਨੂੰ ਲੈ ਕੇ ਪ੍ਰਮਾਤਮਾ ਦੇ ਸਹਯੋਗ ਦੇ ਨਾਲ ਮਾਪਿਆਂ ਦੇ ਸਹਯੋ ਮੈਂ ਦੱਸ ਦਾਂ ਦਰਸ਼ਕਾਂ ਨੂੰ ਕਿ ਲਬਨੀਤ ਬਹੁਤ ਪੜੇ ਲਿਖੇ ਨੇ ਅਤੇ ਟੀਚਿੰਗ ਲਾਈਨ ਦੇ ਵਿੱਚ জব ਕਰਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਜੌਬ ਛੱਡ ਕੇ ਇਹ ਆਈਸਕ੍ਰੀਮ ਦਾ ਕੰਮ ਸ਼ੁਰੂ ਕੀਤਾ ਤੇ ਅੱਜੇ ਖੁਸ਼ ਨੇਗੇ ਤੇ ਲਬਨੀਤ ਜੇਕਰ ਮੈਂ ਗੱਲ ਕਰਾਂ ਕਿ ਜਦੋਂ ਇਹ ਕੰਮ ਸ਼ੁਰੂ ਕੀਤਾ ਤਾਂ ਫਿਰ ਐਕਸਪੀਰੀਅੰਸ ਕਿਦਾਂ ਦਾ ਹੋਇਆ ਕਿ ਕੰਮ ਦੀ ਪਹਿਲਾਂ ਸਮਝ ਸੀਗੀ ਨਹੀਂ ਸੀਗੀ ਤੇ ਲੋਕਾਂ ਤੋਂ ਕੀ ਸੁਣਨ ਨੂੰ ਮਿਲਿਆ ਜਾਂ ਫਿਰ ਕੀ ਹੁਣ ਜ਼ਿਆਦਾ ਐਕਸਪੀਰੀਅੰਸ ਆ ਗਿਆ ਇਸ ਕੰਮ ਦੇ ਵਿੱਚ ਫਾਇਦਾ ਹੈ ਜਾਂ ਨਹੀਂ ਮੈਮ ਦੇਖੋ ਸਟਾਰਟਿੰਗ ਤੇ ਸਾਨੂੰ 1 ਮਹੀਨੇ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਸਾਨੂੰ ਇਨਕਮ ਹੋ ਵੀ ਰਹੀ ਹੈ ਕਿ ਨਹੀਂ ਹੋ ਰਹੀ ਅਸੀਂ ਜਿੰਨਾ ਕਮਾਲ ਪਾਉਂਦੇ ਸੀ ਸਨ ਓਨਾ ਕ ਸੇਲ ਹੋ ਜਾਂਦਾ ਸੀ ਅਸੀਂ ਨਵਾਂ ਮਾਲ ਵਿੱਚ ਐਡ ਅਪ ਕਰ ਲੈਂਦੇ ਸੀ ਸਾਡਾ ਖਰਚਾ ਚਲੋ ਚੱਲਦਾ ਸੀ ਠੀਕ ਸੀ ਸਟਾਰਟਿੰਗ ਦੇ ਵੇਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ ਪਹਿਲੀ ਗੱਲ ਤਾਂ ਸਾਨੂੰ ਕਿਸੇ ਆਈਟਮ ਦਾ ਹੀ ਨਹੀਂ ਪਤਾ ਸੀ ਕਿ ਕਿਹੜੀ ਚੀਜ਼ ਹੈ ਸੀ ਕਿੰਨੇ ਦੀ ਵੇਚਣੀ ਹੈ ਪਰ ਇਹ ਹੈ ਕਿ ਚਲੋ ਕੰਪਨੀ ਵੱਲੋਂ ਪ੍ਰਾਈਸ ਬੋਰਡ ਹੁੰਦਾ ਹੈ ਸਾਨੂੰ ਹੌਲੀ ਹੌਲੀ ਪਤਾ ਚੱਲਣ ਲੱਗ ਗਿਆ ਜਦੋਂ ਹਰ ਇੱਕ ਚੀਜ਼ ਦੇ ਉੱਪਰ ਪ੍ਰਿੰਟਡ ਰੇਟ ਵੀ ਹੁੰਦਾ ਸਾਨੂੰ ਜਿਆਦਾ ਆਈਟਮ ਨਹੀਂ 30 ਤੋਂ 32 ਚੀਜ਼ਾਂ ਹੁੰਦੀਆਂ ਸਾਨੂੰ ਇਸ ਚੀਜ਼ ਦੀ ਨੌਲੇਜ ਹੋ ਗਈ ਹੌਲੀ ਹੌਲੀ ਸਾਨੂੰ ਕਿਵੇਂ ਮਾਰਜਨ ਨਿਕਲਣਾ ਹੈ ਕਿਵੇਂ ਸਾਡਾ ਡਿਸਕਾਊਂਟ ਹੋਣਾ ਹੈ ਕੀ ਹੋਣਾ ਕਿੰਨੇ ਕਿ ਸਾਨੂੰ ਟੈਕਸਿਸ ਲੱਗਣੇ ਸਾਨੂੰ ਹਰ ਚੀਜ਼ ਦੀ ਨੌਲੇਜ ਹੋ ਗਈ ਜਿਵੇਂ-ਜਿਵੇਂ ਸਾਨੂੰ ਅੱਗੇ-ਅੱਗੇ ਚੱਲਦੇ ਗਏ ਸਾਨੂੰ ਪਤਾ ਚੱਲਦਾ ਗਿਆ ਹੁਣ ਇਸ ਵਾਰ ਅਸੀਂ ਕੰਮ ਕਰ ਰਹੇ ਸਾਨੂੰ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਕਸਟਮਰ ਕਹਿੰਦਾ ਬਾਅਦ ਦੇ ਵਿੱਚ ਅਸੀਂ ਹਫ਼ਤੇ ਪਹਿਲਾਂ ਚੀਜ਼ ਕੱਢ ਕੇ ਰੱਖ ਦਿੰਨੇ ਆਂ ਵੀ ਕੰਮ ਕੋਈ ਵੀ ਅਗਰ ਦੇਖੋ ਆਪਾਂ ਕਰਾਂਗੇ ਐਕਸਪੀਰੀਅੰਸ ਉਸ ਚੀਜ਼ ਦਾ ਹੋਈ ਜਾਂਦਾ ਐਵੇਂ ਸਾਨੂੰ ਵੀ ਹੌਲੀ-ਹੌਲੀ ਪਤਾ ਚੱਲ ਗਿਆ ਤੇ ਹੁਣ ਅੱਗੇ ਦੇ ਕੀ ਪਲਾਨਸ ਨੇਗੇ ਅੱਗੇ ਵੀ ਇਹੀ ਕੰਮ ਕਰਨਾ ਹੈ ਜਾਂ ਫਿਰ ਕੁਝ ਹੋਰ ਮੰ ਦੇਖੋ ਅੱਗੇ ਦੀ ਫਿਲਹਾਲ ਤਾਂ ਪਲਾਨਿੰਗ ਇਹ ਹੈ ਕਿ ਇਸ اکاؤنٹ ਨੂੰ ਅਸੀਂ ਕੰਟੀਨਿਊ ਰੱਖਾਂਗੇ ਹੁਣ ਦੇਵੇਂ ਅੱਗੇ ਨਵੰਬਰ ਦੇ ਵਿੱਚ ਸੀਜ਼ਨ ਆਫ ਹੋ ਜਾਣਾ ਇੱਕ ਵਾਰ ਸੀਜ਼ਨ ਕਲੋਜ਼ ਹੋ ਜਾਂਦਾ ਹੈ ਆਈਸਕ੍ਰੀਮ ਦਾ ਪਰ ਜਿਹੜੇ ਆਈਸਕ੍ਰੀਮ ਦਾ ਕੰਮ ਇਹੋ ਜਿਹਾ ਕਿ ਆਈਸਕ੍ਰੀਮ ਖਾਣੀ ਘੱਟ ਕਰ ਦਿੰਦੇ ਲੋਕ ਪਰ ਕੰਮ ਕਦੇ ਬੰਦ ਨਹੀਂ ਹੁੰਦਾ ਅਸੀਂ ਆਨਲਾਈਨ ਕੰਮ ਸ਼ੁਰੂ ਕੀਤਾ ਹੋਇਆ ਸਵੀਜੀ ਤੇ ਜੋਮੈਟਰ ਤੇ ਸਾਨੂੰ ਸੀਜੀ ਜਮੈਟਰ ਤੇ ਆਰਡਰ ਆ ਜਾਂਦੇ ਆ ਕਸਟਮਰ ਦੇ ਅਸੀਂ ਉਹ ਤਾਂ ਦੇਖੋ ਆਪਣਾ ਕੰਟੀਨਿਊ ਰੱਖਾਂਗੇ ਇੱਕ ਵਾਰ ਡਰਾਈਵ ਸਾਨੂੰ ਜ਼ਿਆਦਾ ਸਰਦੀ ਕਰਕੇ ਬੰਦ ਵੀ ਕਰਨੀਆਂ ਪੈਣੀਆਂ ਦੋ ਡਰਾਈਵ ਅਸੀਂ ਬੰਦ ਕਰਾਂਗੇ ਕੋਸ਼ਿਸ਼ ਕਰਾਂਗੇ ਮੈਰਿਜ ਉਭੀ ਅਸੀਂ ਨਾਲ ਕਵਰ ਅਪ ਕਰਾਂਗੇ ਬਾਕੀ ਸਰਦੀਆਂ ਦੇ ਵਿੱਚ ਥੋੜਾ ਸੋਚ ਰਹੇ ਹਾਂ ਕਿ ਫ੍ਰੀ ਬਿਠਣ ਨਾਲੋਂ ਦੋ ਕੁ ਮਹੀਨੇ ਕੋਈ ਫਾਸਟ ਫੂਡ ਵਗੈਰਾ ਦਾ ਕੰਮ ਕਰਕੇ ਦੇਖੀਏ ਬਾਕੀ ਨੈਕਸਟ ਇਅਰ ਹੀ ਸਟਾਰਟਿੰਗ ਤੋਂ ਆਈਸਕ੍ਰੀਮ ਦਾ ਕੰਮ ਹੀ ਕਰਾਂਗੇ ਆਪਣਾ ਦੇਖ ਰਹੇ ਹਾਂ ਥੋੜਾ ਟੀਮ ਨੂੰ ਬਿਲਡ ਅਪ ਕਰਾਂਗੇ ਕੋਈ ਜਿਵੇਂ ਅਸੀਂ ਹੁਣ 4 ਜਣੇ ਕੰਮ ਕਰ ਰਹੇ ਹਾਂ ਅੱਗੇ ਦੇਖ ਰਹੇ ਹਾਂ 10 ਜਾਂ 15 ਜਣੇ ਦੀ ਟੀਮ ਬਣਾਵਾਂਗੇ ਪੂਰਾ ਅੱਛਾ ਹੁਣ ਤੁਸੀਂ 4 ਡਰਾਈਵਸ ਚਲਾਉਂਦੇ ਹੋ ਜੀ ਮੈਂ ਖੁਦ ਚਲਾ ਰਿਹਾ ਹਾਂ ਨਾਲ ਮੇਰਾ ਬ੍ਰਦਰ ਹੈ ਬ੍ਰਦਰ ਵੀ ਜੋਬ ਕਰਦਾ ਹੈ ਬ੍ਰਦਰ ਮਰੂਤੀ ਸੰਜੂਕੀ ਜੋਬ ਕਰ ਰਿਹਾ ਹੈ ਬਾਕੀ ਨਾਲ ਦੋ ਲੜਕੇ ਹੋਰ ਐ ਜਿਨ੍ਹਾਂ ਨੂੰ ਜ਼ਰੂਰਤਮੰਦ ਹੈਗੇ ਸਾਨੂੰ ਲੱਗਿਆ ਕਿ ਨਹੀਂ ਇਹਨਾਂ ਨੂੰ ਕੰਮ ਦੀ ਜ਼ਰੂਰਤ ਹੈਗੀ ਆ ਅਸੀਂ ਉਹਨਾਂ ਨੂੰ ਨਾਲ ਲਿਆ ਤਾਂ ਅਸੀਂ ਚਾਰ ਜਣੇ ਫਿਲਹਾਲ ਕਰ ਰਹੇ ਹਾਂ ਨੈਕਸਟ ਈਅਰ ਪਲਾਨਿੰਗ ਤਾਂ ਇਹੀ ਹੈ ਕਿ 10 ਤੋਂ 15 ਜਣੇ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਕੰਮ ਨੂੰ ਅੱਗੇ ਲੈ ਕੇ ਜਾਵਾਂਗੇ ਬਹੁਤ ਵਧੀਆ ਬਹੁਤ ਚੰਗੀ ਸੋਚ ਹੈਗੀ ਇਸ ਵੀਰ ਦੀ ਕਿ ਇਸ ਚੀਜ਼ ਨੂੰ ਵੀ ਤੁਸੀਂ ਹੁਣ bizness minded ਲੈ ਕੇ ਚੱਲ ਰਹੇ ਹੋਗੇ ਕਿ ਅੱਗੇ ਇਸੇ ਦਾ ਹੀ bizness ਕਰਨਾ ਹੈ ਮੈਂ ਦੇਖੋ ਕੰਮ ਤਾਂ ਕੋਈ ਵੀ ਅਗਰ ਬਿਜ਼ਨਸ ਮਾਈਂਡਡ ਤਰੀਕੇ ਨਾਲ ਕਰਾਂਗੇ ਫੇਰ ਹੀ ਕੰਮ ਚੰਗਾ ਕਰੇ। ਅਸੀਂ ਇਸ ਕੰਮ ਨੂੰ ਇਹ ਚੀਜ਼ ਨੂੰ ਦੇਖਦੇ ਕਿ ਨਹੀਂ ਸਾਡਾ ਚਲੋ ਇੱਕ ਵਾਰ ਗੁਜ਼ਾਰਾ ਹੋਣ ਲੱਗਿਆ। ਸਾਡਾ ਖਰਚਾ ਚੱਲ ਗਿਆ ਸੀ 2 ਤੋਂ 3 ਮਹੀਨੇ ਕਰੋਨਾ ਟਾਈਮ ਕੰਮ ਕੀਤਾ ਉਹਨਾਂ ਅਸੀਂ ਕੰਮ ਬੰਦ ਕਰ ਦਈਏ। ਇਹ ਕੋਈ ਚੀਜ਼ ਦਾ ਹੱਲ ਵੀ ਨਹੀਂ ਹੁੰਦਾ ਨਾਲੇ ਕਿ ਚੀਜ਼ ਚੰਗੀ ਵੀ ਨਹੀਂ ਹੈਗੀ। ਜਦੋਂ ਅਸੀਂ ਕਿਸੇ ਕੰਮ ਨੂੰ ਇੱਕ ਵਾਰ ਕਹਿੰਦੇ ਨਾ ਪੰਜਾਬੀ ਬੰਦਾ ਇਹੋ ਜਿਹਾ ਪੰਜਾਬੀਆਂ ਦਾ ਕੰਮ ਹੀ ਹੈ ਜਦੋਂ ਇੱਕ ਵਾਰ ਕਿਸੇ ਚੀਜ਼ ਨੂੰ ਹੱਥ ਪਾ ਲਿਆ। ਅਗਰ ਅਧਵਿਚਾਰ ਛੱਡ ਕੇ ਅਸੀਂ ਚਲੇ ਜਾਵਾਂਗੇ। ਪਹਿਲੀ ਗੱਲ ਤਾਂ ਅਸੀਂ ਉਸ ਚੀਜ਼ ਨੂੰ ਇਨ ਅਸੀਂ ਉਹ ਸੋਚ ਨਾਲਾਂ ਵੀ ਅਸੀਂ ਇੱਕ ਵਾਰ ਅਗਰ ਇਹ ਕੰਮ ਨੂੰ ਅਸੀਂ ਸਟਾਰਟ ਕਰ ਲਿਆ ਹੁਣ ਅਸੀਂ ਬੰਦ ਨਹੀਂ ਕਰਨਾ ਇਹਨੂੰ ਕਿਸੇ ਨਾ ਕਿਸੇ ਮੁਕਾਮ ਤੇ ਲੈ ਕੇ ਜਾਵਾਂਗੇ ਤੇ ਜੇਕਰ ਮੈਂ ਗੱਲ ਕਰਾਂ ਕੰਮ ਕਰਕੇ ਜਿੰਨਾ ਕ ਕਮਾਉਣੇ ਹੋਗੇ ਖੁਸ਼ ਹੋਗੇ ਫਿਰ ਜ਼ਿੰਦਗੀ ਵਧੀਆ ਚੱਲੀ ਜਾਂਦੀ ਹੈ ਮੈਮ ਦੇਖੋ ਜਿਸ ਹਿਸਾਬ ਨਾਲ ਸਾਡੇ ਖਰਚੇ ਐ ਸਾਡੇ ਅਕੋਰਡਿੰਗ ਤਾਂ ਇਹ ਕੰਮ ਬਹੁਤ ਵਧੀਆ ਹੈ ਤੇ ਸਾਡੇ ਖਰਚੇ ਵੀ ਬਹੁਤ ਵਧੀਆ ਚੱਲ ਰਹੇ ਕਿਉਂਕਿ ਅਸੀਂ ਕਿਸੇ ਵੀ ਤਰੀਕੇ ਦਾ ਸਾਡਾ ਕੋ ਫਾਲਤੂ ਖਰਚਾ ਨਹੀਂ ਹੈਗਾ ਸਾਡਾ ਇਹ ਨਹੀਂ ਹੈਗਾ ਕਿ ਚਲੋ ਵੀਕਐਂਡ ਆ ਜੀ ਚਲੋ ਅਸੀਂ ਮੂਵੀ ਦੇਖਣ ਜਾਣਾ ਚਲੋ ਜੀ ਅਸੀਂ ਮਾਰਕੀਟ ਦੇ ਵਿੱਚ ਜਾਣਾ ਚਲੋ ਜੀ ਅਸੀਂ ਰੈਸਟੋਰੈਂ ਜ਼ਿੰਦਗੀ ਦੇ ਵਿੱਚ ਠੀਕ ਹੈ ਪ੍ਰਮਾਤਮਾ ਨਾਲੋਂ ਸਾਨੂੰ ਜ਼ਿੰਦਗੀ ਮਿਲੀ ਐ ਅਸੀਂ ਧਰਤੀ ਤੇ ਸਾਈਆਂ ਐ ਇੰਜੋਏਮੈਂਟ ਵੀ ਜ਼ਰੂਰੀ ਐ ਪਰ ਇੰਜੋਏਮੈਂਟ ਕਰਨ ਦਾ ਕੋਈ ਟਾਈਮ ਵੀ ਹੋਣਾ ਚਾਹੀਦਾ ਅੱਜ ਟਾਈਮ ਹੈ ਸਾਨੂੰ ਕੰਮ ਕਰਨਾ ਪੈਣਾ ਜੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਕੰਮ ਕਰਕੇ ਚਾਰ ਪੈਸੇ ਜੋੜਾਂਗੇ ਤਾਂ ਹੀ ਅਸੀਂ ਆਪਣੀ ਜਿਹੜੀ ਅੱਗੇ ਲਾਈਫ ਸਪੈਂਡ ਕਰ ਸਕਾਂ ਹੈ ਨਾ ਅਸੀਂ ਉਸ ਤਰੀਕੇ ਦੇ ਨਾਲ ਥੋੜੇ ਖਰਚੇ ਉਹਨੇ ਕ ਅਸੀਂ ਰੱਖੇ ਹੋਏ ਐ ਕਿ ਸਾਡਾ ਖਰਚਿਆਂ ਦੇ ਹਿਸਾਬ ਨਾਲ ਸਾਡਾ ਬਹੁਤ ਵਧੀਆ ਗੁਜ਼ਾਰਾ ਹੋ ਜਾਂਦਾ ਦੀ ਖੁਸ਼ੀ ਵੀ ਬਹੁਤ ਆਉਂਦੀ ਸਾਨੂੰ ਕੰਮ ਵੀ ਬਹੁਤ ਵਧੀਆ ਲੱਗ ਰਿਹਾ ਸੋ ਜਦੋਂ ਹੁਣ ਕੰਮ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਅੱਗੇ ਦਾ ਵੀ ਬਹੁਤ ਵਧੀਆ ਸੋਚ ਰਹੇ ਹੋ ਤੁਸੀਂ ਬਿਜ਼ਨਸ ਦਾ ਸੋਚ ਰਹੇ ਹੋ ਆਈਸਕ੍ਰੀਮ ਦੇ ਉੱਚ ਤੇ ਜਿਹੜੇ ਲੋਕ ਪਹਿਲਾਂ ਗੱਲਾਂ ਕਰਦੇ ਹੁੰਦੇ ਸੀਗੇ ਫਿਰ ਉਹ ਅੱਜ ਤਰੀਫਾਂ ਕਰਦੇ ਹੋਣੇ ਮੈਮ ਦੇਖੋ ਦਾ ਆਬਵੀਅਸਲੀ ਹੁਣ ਜਦੋਂ ਕਿਸੇ ਨੂੰ ਦੇਖਣ ਨੂੰ ਪਤਾ ਚੱਲਦਾ ਹੈ ਕਿ ਹਾਂ ਜੀ ਅੱਗੇ ਇੱਕ ਡਰਾਈਵ ਸੀ ਹੁਣ ਚਾਰ ਹੋ ਗਈਆਂ ਆਨਲਾਈਨ ਵੀ ਕੰਮ ਸ਼ੁਰੂ ਕਰ ਲਿਆ ਹੁਣ ਮੂੰਹ ਤੇ ਤਾਂ ਚੰਗਾ ਕਹਿੰਦੀ ਕਹਿੰਦੇ ਹੁਣ ਪਿੱਠ ਪਿੱਛੇ ਕੀ ਕਹਿੰਦੇ ਹੋਣਗੇ ਇਹ ਨਹੀਂ ਆਪਾਂ ਕੁਝ ਸੋਚ ਸਕਦੇ ਬਾਕੀ ਹਰੇਕ ਬੰਦਾ ਚਲੋ ਮੂੰਹ ਤੇ ਤਾਰੀਫ ਤਾਂ ਕਰਕੇ ਜਾਂਦੇ ਜਿਹੜੇ ਹੁਣ ਕਈ ਕਸਟਮਰ ਵੀ ਇਹੋ ਜਿਹੇ ਸੀ ਪਹਿਲਾਂ ਕਸਟਮਰ ਜਿਹੜੇ ਇੱਕ ਦੋ ਵਾਰ ਕਹਿ ਕੇ ਗਏ ਆ ਸਾਨੂੰ ਕਿ ਨਹੀਂ ਤੁਸੀਂ ਕੰਮ ਸਰਦਾਰ ਬੰਦੇ ਹੋ ਇਹ ਕੰਮ ਚੰਗਾ ਨਹੀਂ ਹੈਗਾ ਤੁਹਾਡੇ ਵਾਸਤੇ ਆਪਣੀ ਕਮਿਊਨਿਟੀ ਸਰਦਾਰ ਇਹੋ ਜੇ ਕੰਮ ਨਹੀਂ ਕਰਦੇ ਹੁੰਦੇ ਅੱਜ ਉਹ ਕਸਟਮਰ ਸਾਡੇ ਨਾਲ ਪਰਮਨੈਂਟਲੀ ਜੁੜੇ ਹੋਏ ਸਾਡੇ ਕੋਲ ਹੀ ਆਉਂਦੇ ਕਿਸੇ ਹੋਰ ਕੋ ਨਹੀਂ ਜਾਂਦੇ ਹੁਣ ਉਹ ਕਿਸੇ ਹੋਰ ਰੈਡੀ ਤੇ ਜਾ ਕੇ ਤੁਸੀਂ ਦੇਖੋ ਪਟਿਆਲੇ ਦੇ ਵਿੱਚ ਮੈਂ ਆਰਮਨ ਸਟੇਟ ਦਾ ਏਰੀਆ ਦੇ ਵਿੱਚ ਡਰ 7-8 ਕਿਲੋਮੀਟਰ ਦਾ ਦੇਖੋ ਡਿਸਟੈਂਸ ਕਵਰ ਕਰਕੇ ਕਸਟਮਰ ਮੇਰੇ ਕੋਲ ਆਉਂਦੇ ਇੱਕ ਮੇਰੇ ਨਾਲ ਪ੍ਰੇਮ ਪਿਆਰ ਹੈ ਜਾਂ ਮੇਰੀ ਸਰਦਾਰੀ ਕਰਕੇ ਗੁਰੂ ਮਹਾਰਾਜ ਦੇ ਸਰੂਪ ਦੇ ਬਖਸ਼ੇ ਕਰਕੇ ਉਹਦੇ ਕਰਕੇ ਆਉਂਦੇ ਦੇਖੋ ਜਿਹੜੇ ਕਸਟਮਰ ਪਹਿਲਾਂ ਮਾੜਾ ਬੋਲਦੇ ਸੀ ਆ ਜੋ ਵੀ ਐਪਰੀਸ਼ੀਏਟ ਕਰ ਰਹੇ ਵਾਹ ਜੀ ਵਾਹ ਬਹੁਤ ਚੰਗੀ ਗੱਲ ਹੈਗੀ ਤੇ ਇੱਕ ਮੈਸੇਜ ਉਹਨਾਂ ਨੌਜਵਾਨਾਂ ਲਈ ਜਿਹੜੇ ਅੱਜ ਆਪਣਾ ਮੁਲਕ ਛੱਡ ਕੇ 20-25-25 ਲੱਖ ਰੁਪਇਆ ਲਾ ਕੇ ਵਿਦੇਸ਼ ਜਾ ਰਹੇ ਨੇ ਹਮ ਦੇਖੋ 20-25 ਲੱਖ ਰੁਪਇਆ ਲਾ ਕੇ ਬਾਹਰ ਜਾਣਾ ਵੀ ਕਿਸੇ ਮੁਸ਼ਕਲ ਦਾ ਹੱਲ ਨਹੀਂ ਹੈਗਾ ਹਰ ਇੱਕ ਦੇ ਪਰਿਵਾਰ ਦੇ ਖਰਚੇ ਅਸਲ ਦੇ ਵਿੱਚ ਨਾ ਪਹਿਲੇ ਦਿਨ ਤੋਂ ਵੀ ਮਾਪਿਆਂ ਵੱਲੋਂ ਵੀ ਜਾਂ ਰਿਸ਼ਤੇਦਾਰਾਂ ਵੱਲੋਂ ਵੀ ਹਰ ਇੱਕ ਬੰਦੇ ਦੇ ਮਨ 'ਚ ਇਹ ਚੀਜ਼ ਬਿਠਾ ਦਿੱਤੀ ਜਾਂਦੀ ਹੈ ਕਿ ਨਹੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਨੌਕਰੀਆਂ ਨਹੀਂ ਹੈਗੀਆਂ ਨਹੀਂ ਤੈਨੂੰ ਬਾਹਰ ਭੇਜਾਂਗੇ ਜਦੋਂ ਬੱਚਾ 10th ਪਾਸ ਆਊਟ ਹੁੰਦਾ ਉਸ ਤੋਂ ਬਾਅਦ ਹੀ ਦੇਖੋ ਉਹ ਚੀਜ਼ ਮਨ ਦੇ ਵਿੱਚ ਆ ਜਾਂਦੀ ਹੈ ਕਿ ਨਹੀਂ ਇਹਨੂੰ ਬਾਹਰ ਭੇਜਣਾ ਹੈ ਬੱਚੇ ਦੇ ਮਨ ਦੇ ਵਿੱਚ ਵੀ ਇਹੀ ਰਹਿੰਦਾ ਕਿ ਨਹੀਂ ਮੇਰਾ ਪੰਜਾਬ ਤਾਂ ਬਿਲਕੁਲ ਖਤਮ ਹੈ ਮੈਂ ਇੱਥੇ ਕੰਮ ਨਹੀਂ ਕਰ ਸਕਦਾ ਇੱਥੇ ਤਾਂ ਕੁਝ ਨਹੀਂ ਹੈਗਾ ਅਸੀਂ ਬਾਹਰ ਹੀ ਜਾਣਾ ਉਹ ਸਾਨੂੰ ਬਾਹਰਲੇ ਮੁਲਕ ਜ਼ਿਆਦਾ ਚੰਗੇ ਲੱਗਣ ਲੱਗੇ ਆਪਣੇ ਨਾਲੋਂ ਇਹ ਹੁੰਦਾ ਨਾ ਕਿ ਅਗਰ ਸਾਡੇ ਘਰ ਦੇ ਵਿੱਚ ਗੰਦਗੀ ਹੈ ਸਾਡਾ ਸਿਸਟਮ ਖਰਾਬ ਹੈ ਤਾਂ ਅਸੀਂ ਇਹ ਤਾਂ ਨਹੀਂ ਹੈਗਾ ਕਿ ਆਪਣੇ ਘਰ ਦੀ ਗੰਦਗੀ ਛੱਡ ਕੇ ਰਿਸ਼ਤੇਦਾਰਾਂ ਦੇ ਘਰ ਚ ਜਾਣ ਰਹਿਣ ਚਲੇ ਜਾਵਾਂਗੇ ਗੰਦਗੀ ਤਾਂ ਸਾਨੂੰ ਆਪਣੇ ਘਰ ਦੀ ਖੁਦ ਸਾਫ਼ ਕਰਨੀ ਪਊਗੀ ਹਨ ਅਸੀਂ ਕੋਸ਼ਿਸ਼ ਕਰੀਏ ਕਿ ਅਗਰ ਸਾਡੇ ਪੰਜਾਬ ਦੇ ਵਿੱਚ ਕੋਈ ਗੰਦਲਾ ਸਿਸਟਮ ਆ ਗਿਆ ਹੁਣ ਚਲੋ ਚੰਗੇ ਲੀਡਰ ਵੀ ਉੱਠ ਰਹੇ ਆ ਕੋ ਸਾਡੇ ਵਿੱਚੋਂ ਵੀ ਅੱਗੇ ਲੀਡਰ ਮੁੰਡੇ ਆਉਣ ਚਲੋ ਜਿਹੜੇ ਪੋਲਿਟਿਕਸ ਦੇ ਵਿੱਚ ਜਾਣਾ ਚਾਹੁੰਦੇ ਜਾਂ ਕੋਈ ਵਧੀਆ ਤਰੀਕੇ ਨਾਲ ਕੁਝ ਕੰਮ ਕਰ ਸਕਦੇ ਆ ਅਸੀਂ ਆਪਣੇ ਪੰਜਾਬ ਦੇ ਰਹਿਣ ਵਾਲਾ ਨਾਤੇ ਹੋਣ ਵਾਲੇ ਅਸੀਂ ਆਪਣੇ ਜਿਹੜੇ ਨਵੇਂ ਪੜੇ ਲਿਖੇ ਨੌਜਵਾਨ ਆ ਥੋੜਾ ਅੱਗੇ ਆ ਕੇ ਵਧੀਆ ਤਰੀਕੇ ਨਾਲ ਕੰਮ ਕਰਨ ਕੰਮ ਕਰਕੇ ਅੱਗੇ ਸੀ ਨੂੰ ਲੈ ਕੇ ਜਾਂਦਾ ਬਾਹਰ ਜਾਣ ਦੀ ਜਰੂਰਤ ਨਹੀਂ ਹੈਗੀ ਅਸੀਂ ਪੰਜਾਬ ਦੇ ਵਿੱਚ ਹੀ ਬਹੁਤ ਕੁਝ ਕਰ ਸਕਦੇ ਹਾਂ ਕਿਉਂਕਿ ਉੱਧਰ ਜਾ ਕੇ ਵੀ ਸਾਨੂੰ ਭਾਂਡੇ ਮੰਜਣੇ ਪੈਂਦੇ ਆ ਬਹੁਤ ਛੋਟੇ ਕੰਮ ਅਸੀਂ ਇੱਥੇ ਵੀ ਅਗਰ ਇਸ ਚੀਜ਼ ਨੂੰ ਮੰਨੀਏ ਕਿ ਅਸੀਂ ਲੇਬਰ ਵਰਕ ਕਰ ਰਹੇ ਹਾਂ ਲੇਬਰ ਵਰਕ ਨਹੀਂ ਹੈਗਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਸੀਂ ਖੁਦ ਇਸ ਕੰਮ ਦੇ ਖੁਦ ਮਾਲਕ ਆ ਸਾਨੂੰ ਕਿਸੇ ਦੀ ਕਹਿਆ ਸੁਣੀ ਨਹੀਂ ਹੈਗੀ ਅਸੀਂ ਉੱਥੇ ਜਾ ਕੇ ਲੇਬਰ ਵਰਕ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਕਈ ਸੂਬਿਆਂ ਤੋਂ ਦੇਖੋ ਜਿਨ੍ਹਾਂ ਨੂੰ ਭਈਏ ਕਹਿੰਦੇ ਭਈਏ ਇੱਥੇ ਆਏ ਹੋਇਆ ਕੰਮ ਕਰਨ ਹਨਾ ਪ੍ਰਵੇਸ਼ ਪਰਦੇਸੀ ਲੋਕ ਆਉਂਦੇ ਆ ਇੱਥੇ ਕੰਮ ਕਰਕੇ ਆਪਣਾ ਵਧੀਆ ਉਹਨਾਂ ਨੇ ਪੈਸਾ ਵੀ ਕਮਾਇਆ ਘਰ-ਬਾਰ ਵੀ ਬਣਾਇਆ ਇੱਥੋਂ ਦੇ ਰੈ residen'l ਹੋ ਗਏ ਪੰਜਾਬ ਦੇ ਆਧਾਰ ਕਾਰਡ ਬਣਾਏ ਹੋਏ ਆ ਸਾਡੇ ਵਾਲੇ ਬਾਹਰਲੀ ਪੀਆਰ ਲੈਣ ਨੂੰ ਭੱਜੇ ਜਾਂਦੇ ਆ ਅਸੀਂ ਆਪਣਾ ਮੁਲਕ ਛੱਡ ਕੇ ਦੂਜੇ ਪਾਸੇ ਹੋਲੇ ਅਸੀਂ ਕਹਿੰਦੇ ਕਿ ਅਸੀਂ ਉਹਨਾਂ ਨੂੰ ਇੱਥੇ ਭਈਏ ਸਮਝਦੇ ਆ ਸਾਡੇ ਬਾਹਰ ਲੇਬਰ ਵਰਕ ਕੰਮ ਕਰ ਅਸੀਂ ਵੀ ਉੱਥੇ ਜਾ ਕੇ ਲੇਬਰ ਵਰਕ ਕੀ ਕਰ ਰਹੇ ਆ ਕਿਉਂ ਨਾ ਅਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਕੰਮ ਕਰੀਏ ਫੌਰ ਇੱ ਬਹੁਤ ਸੋਹਣਾ ਮੈਸੇਜ ਦਿੱਤਾ ਇਸ ਵੀਰ ਨੇ ਅਤੇ ਬਹੁਤ ਚੰਗੀ ਸੋਚ ਹੈਗੀ ਮੈਂ ਇਹਨਾਂ ਦੀ ਸੋਚ ਦੀ ਤਾਰੀਫ ਜ਼ਰੂਰ ਕਰਨਾ ਚਾਹਾਂਗੀ ਕਿ ਇਹਨਾਂ ਨੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਸਗੋਂ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਕਹਿ ਲਿਏ ਜਾਂ ਫਿਰ ਕੀ ਆਪਣਾ ਕੰਮ ਚਲਾਉਣ ਦੇ ਲਈ ਵੀ ਕਿਸੇ ਦੇ نیچے ਕੰਮ ਨਹੀਂ ਕਰਨਾ ਹੈਗਾ ਆਪਣਾ ਕੰਮ ਕਰਨਾ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਆਪਣਾ ਕੰਮ ਸ਼ੁਰੂ ਕੀਤਾ ਤੇ ਬੇਹਦ ਵਧੀਆ ਤਰੀਕੇ ਦੇ ਨਾਲ ਉਹ ਆਪਣਾ ਕੰਮ ਕਰ ਰਹੇ ਨੇ ਅਤੇ ਬਿਜ਼ਨਸ ਮਾਈਂਡਡ ਆਪਣੇ ਮਾਈਂਡ ਨੂੰ ਬਿਜ਼ਨਸ ਦੇ ਤੌਰ ਤੇ ਲੈ ਕੇ ਚੱਲ ਰਹੇ ਨੇ ਅਤੇ ਅੱਗੇ ਹੋਰ ਜ਼ਿਆਦਾ ਵਧੀਆ ਕੰਮ ਕਰਨ ਦਾ ਸੋਚ ਰਹੇ ਨੇਗੇ ਅਜਿਹੀਆਂ ਹੋਰ ਵੀਡੀਓਜ਼ ਤੇ ਲਈ ਤੁਸੀਂ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ